ਬਹੁਤ ਹੀ ਇੱਕ ਰਾਹਤ ਦੀ ਖਬਰ ਆ ਨੌਦੀਪ ਕੌਰ ਵਾਸਤੇ ਜਿਹੜੀ ਕਿ ਪਿਛਲੇ ਜਨਵਰੀ ਤੋਂ 12 ਜਨਵਰੀ ਤੋਂ ਜੇਲ੍ਹ ਅੰਦਰ ਲਗਭਗ ਡੇਢ ਮਹੀਨਾ ਹੋ ਗਿਆ ਔਰ ਨੌਦੀਪ ਕੌਰ ਦਾ ਕਸੂਰ ਇਹ ਆ ਕਿ ਉਸਨੇ ਹਿਊਮਨ ਰਾਈਟਸ ਦੀ ਆਵਾਜ਼ ਨੂੰ ਚੁੱਕਿਆ ਲੇਬਰ ਰਾਈਟਸ ਦੀ ਆਵਾਜ਼ ਨੂੰ ਚੁੱਕਿਆ ਔਰ ਪੁਲਿਸ ਨੇ ਉਹਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਉਹਨੂੰ ਔਰ ਉਹਦੇ ਸਾਥੀ ਨੂੰ ਚੁੱਕ ਕੇ ਜੇਲ੍ਹ ਅੰਦਰ ਪਾਤਾ ਔਰ ਐਸੀ-ਐਸੀ 7307 ਵਰਗੀਆਂ ਧਾਰਾਵਾਂ ਲਗਾ ਕੇ ਉਹਨੂੰ ਜੇਲ੍ਹ ਚ ਪਾਇਆ ਅੱਜ ਮਾਨਯੋਗ ਹਾਈ ਕੋਰਟ ਨੇ ਜਿੱਥੇ ਨੌਦੀਪ ਕੌਰ ਨੂੰ ਬੇਲ ਦਿੱਤੀ ਪਿਛਲੇ ਦੋ ਦੋ ਜਿਹੜੇ ਕੇਸ ਸੀ ਉਹਦੇ ਉਹ ਸੈਸ਼ਨ ਤੋਂ ਬੇਲ ਲਈ ਗਈ। ਔਰ ਮੈਂ ਇਹਦੇ ਵਾਸਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਾਡੇ ਸੀਨੀਅਰ ਕਾਉਂਸਲ આર ایس ਚਿਮਾ ਜੀ ਦਾ। ਜਿਨ੍ਹਾਂ ਨੇ ਪ੍ਰੋ ਬੋਨੋ ਇਸ ਲੜਾਈ ਨੂੰ ਲੜਿਆ। ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਐਡਵੋਕੇਟ ਸਤਾਰ ਹਰਿੰਦਰ ਸਿੰਘ ਜੀ ਬੈਂਸ ਸਾਹਿਬ ਦਾ ਪਵਨਦੀਪ ਸਿੰਘ ਜੀ ਦਾ ਔਰ ਸਾਰੀ ਲੀਗਲ ਟੀਮ ਦਾ ਜਗਦੀਪ ਸਿੰਘ ਕਾਲੋ ਦੀ ਸਾਰੀ ਲੀਗਲ ਟੀਮ ਦਾ ਜਿਹੜੇ ਹਮੇਸ਼ਾ ਹੀ ਇਸ ਲੜਾਈ ਦੇ ਵਾਸਤੇ ਸਾਡੇ ਵਕੀਲ ਸਾਹਿਬਾਨ ਖੜੇ ਰਹਿੰਦੇ ਨੇ ਔਰ ਬਹੁਤ ਜਲਦੀ ਹੀ ਅਸੀਂ ਅੱਜ ਨੌਦੀਪ ਕੌਰ ਨੂੰ ਕੋਸ਼ਿਸ਼ ਕਰਾਂਗੇ ਕਿ ਅੱਜ ਹੀ ਉਹਦੇ ਜਿਹੜਾ ਹੈ ਸ਼ੋਰਟੀ ਭਰਕੇ ਤੇ ਉਹਨੂੰ ਕਰਨਾਲ ਜੇਲ੍ਹ ਤੋਂ ਰਿਹਾ ਕਰਾਇਆ ਜਾਵੇ ਸਾਡੇ ਵਾਸਤੇ ਬਹੁਤ ਵੱਡੀ ਜਿੱਤ ਆ ਔਰ ਇਹ ਜਿੱਤ ਇਸੇ ਤਰ੍ਹਾਂ ਰਹੇਗੀ ਆਉਣ ਵਾਲੇ ਦਿਨਾਂ ਦੇ ਅੰਦਰ ਵੀ ਜੋ ਸਾਡੇ ਵੀਰ ਤਿਹਾਰ ਜੇਲ੍ਹ ਚ ਵੀ ਨੇ ਮੈਂ ਸਾਰੇ ਪਰਵਾਰਾਂ ਨੂੰ ਸ਼ੋਰ ਕਰਦਾ ਕਿ ਅਗਲੇ ਹਫਤੇ ਦੇ ਅੰਦਰ ਸਾਰੇ ਤਿਹਾਰ ਜੇਲ੍ਹ ਚ ਜਿਹੜੇ ਕਿਸਾਨੀ ਅੰਦੋਲਨ ਚ ਰੋਗ ਬੰਦ ਕੀਤੇ ਨੇ ਉਹਨਾਂ ਨੂੰ ਰਿਹਾ ਕਰਾਵਾਂਗੇ ਔਰ ਕੋਈ ਵੀ ਬੰਦਾ ਜਿਹੜਾ ਹੈ ਜੇਲ੍ਹ ਅੰਦਰ ਨਹੀਂ ਰਹੇਗਾ ਔਰ ਇਨਸਾਫ ਵੀ ਦਵਾਵਾਂਗੇ ਔਰ ਲੜਾਂਗੇ ਵੀ ਔਰ ਬਾਈ ਇੱਜ਼ਤ ਭਰੀ ਵੀ ਕਰਾਵਾਂਗੇ ਬੜੀ ਖੁਸ਼ੀ ਆਈ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਨੇ ਰਹਿਮਤ ਬਖਸ਼ਿਸ਼ ਕੀਤੀ ਨੌਦੀਪ ਕੌਰ ਬਾਹਰ ਆ ਰਹੀ ਜੀ ਬਿਲਕੁਲ ਤੁਸੀਂ ਠੀਕ ਸੁਣ ਰਹੇ ਜੇ ਨੌਦੀਪ ਕੌਰ ਦੀ ਡੇਢ ਮਹੀਨੇ ਬਾਅਦ ਜੇਲ੍ਹ ਤੋਂ ਅੱਜ ਬਾਹਰ ਆ ਰਹੀ ਆ ਅੱਜ ਹਾਈ ਕੋਰਟ ਨੇ ਉਸਦੇ ਆਖਰੀ ਕੇਸ ਜਿਹੜਾ ਕਿ ਐਫ ਆਈ ਆਰ ਨੰਬਰ 25 ਸੀ ਉਸ ਦੇ ਅੰਦਰ ਵੀ ਜ਼ਮਾਨਤ ਐਕਸੈਪਟ ਕਰ ਲਈ ਕਬੂਲ ਲਈ ਆ ਬਹੁਤ ਵੱਡੀ ਜਿੱਤ ਆ ਸਾਡੇ ਸਾਰਿਆਂ ਦੇ ਵਾਸਤੇ ਬਹੁਤ ਵੱਡੀ ਜਿੱਤ ਇਸ ਕਰਕੇ ਵੀ ਆ ਕਿਉਂਕਿ ਜ਼ਬਰ ਔਰ ਜ਼ੁਲਮ ਦਾ ਇੱਕ ਬਹੁਤ ਵੱਡਾ ਤੱਕਾ ਸੀਗਾ ਹੁਕਮਰਾਨਾਂ ਨੇ ਇਹ ਤੈਅ ਕਰ ਲਿਆ ਕਿ ਜਿਹੜੇ ਲੋਕ ਸਾਡੇ ਖਿਲਾਫ ਬੋਲਣਗੇ ਅਸੀਂ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਾਂਗੇ ਔਰ ਅੰਦੋਲਨਕਾਰੀਆਂ ਨੇ ਵੀ ਇਹ ਤੈਅ ਕਰ ਲਿਆ ਜਿੰਨਾ ਮਰਜੀ ਸਾਨੂੰ ਤੁਸੀਂ ਦਬਾਇਓ ਜੇ ਜਿੰਨਾ ਮਰਜੀ ਸਾਨੂੰ ਜੇਲ੍ਹਾਂ ਚ ਪਾਇਓ ਜੇ ਪਰ ਅਸੀਂ ਦਬਾਂਗੇ ਨਹੀਂ ਔਰ ਡਰਾਂਗੇ ਨਹੀਂ ਅੰਦੋਲਨ ਇਹ ਅੰਦੋਲਨ ਜਾਰੀ ਰਹੇਗਾ ਕਿਸਾਨਾਂ ਦੀ ਲੜਾਈ ਕੋਈ ਰੋਕ ਨਹੀਂ ਸਕਦਾ ਕਿਸਾਨੀ ਅੰਦੋਲਨ ਦੀ ਲੜਾਈ ਇਸੇ ਤਰ੍ਹਾਂ ਜਾਰੀ ਰਹੂਗੀ ਮੇਰੇ ਵੀਰੋ ਮੈਨੂੰ ਬੜੀ ਦੱਸਦੇ ਹੋ ਖੁਸ਼ੀ ਹੋ ਰਹੀ ਆ ਕਿ ਅੱਜ ਮਾਨਯੋਗ ਹਾਈ ਕੋਰਟ ਦੇ ਅੰਦਰ ਸਤਾਰ ਹਰਵਿੰਦਰ ਸਿੰਘ ਜੀ ਬੈਂਸ ਸਾਹਿਬ ਔਰ ਸਤਾਰ ਪਵਨਦੀਪ ਸਿੰਘ ਜੀ ਜੋ ਸਾਡੇ ਐਡਵੋਕੇਟ ਨੇ ਔਰ ਪ੍ਰੋਬੋਨੋ ਜਿਨ੍ਹਾਂ ਨੇ ਬਹੁਤ ਵੱਡੀ ਲੜਾਈ ਲੜੀ ਜਿਨ੍ਹਾਂ ਦਾ ਆਪਾਂ ਦੇਣ ਨਹੀਂ ਦੇ ਸਕਦੇ ਐਸੇ ਐਡਵੋਕੇਟ ਆਰਐਸ ਚੀਮਾ ਸਾਹਿਬ ਉਹਨਾਂ ਦੇ ਫਰਜ਼ੰਦ ਛੋਟੇ ਚੀਮਾ ਸਾਹਿਬ ਬਹੁਤ ਵੱਡੀ ਉਹਨਾਂ ਨੇ ਇਸ ਲੜਾਈ ਨੂੰ ਲੜਿਆ ਔਰ ਬਹੁਤ ਲੰਬੇ ਆਰਗੂਮੈਂਟ ਤੋਂ ਬਾਅਦ ਹਾਈ ਕੋਰਟ ਨੇ ਨੌਦੀਪ ਕੌਰ ਨੂੰ ਬੇਲ ਗ੍ਰਾਂਟ ਕਰ ਦਿੱਤੀ ਅਸੀਂ ਹੁਣ ਜਾ ਰਹੇ ਹਾਂ ਨੌਦੀਪ ਕੌਰ ਦੀਆਂ ਜਿਹੜੀਆਂ ਸ਼ਿਉਰਟੀਜ਼ ਨੇ ਉਹ ਪਹਿਲਾਂ ਦੋ ਕੇਸਿਸ ਅੰਦਰ ਅਸੀਂ ਦੇ ਚੁੱਕੇ ਹਾਂ ਸਾਡੇ ਹਰਿਆਣਾ ਤੋਂ ਸਾਡੇ ਵੀਰ ਔਰ ਸਰਬਜੀਤ ਸਿੰਘ ਬਿਰਕ ਦੇ ਭਰਾ ਉਹਨਾਂ ਨੇ ਆਲਰੇਡੀ ਅਜਰਾਨਾ ਸਾਹਿਬ ਨੇ ਦੋ ਛੋਟੀਆਂ ਦਿੱਤੀਆਂ ਔਰ ਦੋ ਛੋਟੀਆਂ ਤੇ ਅੱਜ ਹੋਰ ਲੋੜ ਆ ਅਸੀਂ ਥੋੜੀ ਦੇਰ ਚੁਣੇ ਸੋਨੀਪੱਥ ਪਹੁੰਚ ਰਹੇ ਹਾਂ ਔਰ ਉਹ ਛੋਟੀ ਦੇ ਕੇ ਉਹਨਾਂ ਦੀ ਜ਼ਮਾਨਤ ਨੂੰ ਐਕਸੈਪਟ ਕਰਾ ਕੇ ਤੇ ਕਰਨਾਲ ਜੇਲ੍ਹ ਤੋਂ ਉਹਨਾਂ ਨੂੰ ਰਿਹਾ ਕਰਾਵਾਂਗੇ ਨੌਦੀਪ ਕੌਰ ਨੂੰ ਅਸੀਂ ਵਾਅਦਾ ਕੀਤਾ ਸੀ ਜਦੋਂ ਸਾਡੇ ਵਕੀਲ ਸਾਰਵਿੰਦਰ ਸਿੰਘ ਜੀ ਬੈਂਸ ਜਾ ਕੇ ਮਿਲੇ ਸੀ ਉਹਨਾਂ ਦੀ ਭੈਣ ਨੂੰ ਵੀ ਮੈਂ ਉਹਨਾਂ ਦੀ ਭੈਣ ਨੂੰ ਜਿਹਨੂੰ ਵਧਾਈ ਦਿੱਤੀ ਬਹੁਤ ਖੁਸ਼ੀ ਸੁਭਾਵਿਕ ਤੌਰ ਤੇ ਖੁਸ਼ ਹੋਣਾ ਬਣਦਾ ਲੇਕਿਨ ਸਾਨੂੰ ਇਸ ਤੋਂ ਜ਼ਿਆਦਾ ਖੁਸ਼ੀ ਹੈ ਇਹ ਤੇ ਇਸ ਗੱਲ ਦੀ ਖੁਸ਼ੀ ਆ ਕਿ ਸਾਡੀ ਭੈਣ ਨੂੰ ਜ਼ਮਾਨਤ ਮਿਲੀ ਆ ਉੱਥੇ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਜ਼ਬਰ ਤੇ ਜ਼ੁਲਮ ਕਰਨ ਵਾਲਿਆਂ ਨੂੰ ਤੱਕੇ ਸ਼ਾਈ ਕਰਨ ਵਾਲਿਆਂ ਨੂੰ ਜਵਾਬ ਮਿਲਿਆ ਤੁਸੀਂ ਸਾਨੂੰ ਡਰਾ ਕੇ ਧਮਕਾ ਕੇ ਜੇਲ੍ਹਾਂ ਚ ਬੰਦ ਕਰਨ ਦੇ ਨਾਮ ਦੇ ਉੱਤੇ ਰੋਕ ਨਹੀਂ ਸਕਦੇ ਇਹ ਸਾਡਾ ਜਜ਼ਬਾ ਹੈ ਔਰ ਕੌਮ ਇੱਕਜੁੱਟਿਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਪਣੇ ਹਰ ਫਰਜ਼ ਦੀ ਅਦਾਇਗੀ ਕਰਨ ਦੀ ਕੋਸ਼ਿਸ਼ ਕਰ ਰਹੀ ਆ ਅੱਜ ਅਸੀਂ ਇੱਕਜੁੱਟ ਹੋ ਕੇ ਦੇਸ਼ اور ਦੁਨੀਆਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਜੇ ਤੁਸੀਂ ਇੱਕੋ ਕੇ ਸਾਨੂੰ ਸਾਡੇ ਤੇ ਹਮਲੇ ਕਰਦੇ ਜੇ ਤੇ ਅਸੀਂ ਵੀ ਇੱਕੋ ਕੇ ਉਸ ਦਾ ਬਚਾਅ ਕਰਾਂਗੇ ਵੀਰੋ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜਿਸ ਦੇ ਦਰ ਤੇ ਸਾਡਾ ਦਫ਼ਤਰ ਆ ਜਿੱਥੋਂ ਜਿੱਥੋਂ ਜਦੋਂ ਜਦੋਂ ਅਸੀਂ ਅਰਦਾਸ ਕਰਕੇ ਚੱਲੇ ਆ ਗੁਰੂ ਸਾਹਿਬ ਨੇ ਸਾਨੂੰ ਜਿੱਤ ਬਖਸ਼ੀ ਐਲਾਨ ਕੇ ਚੱਲੇ ਆ ਕਿ ਅਸੀਂ ਜਿੱਤ ਕੇ ਆਵਾਂਗੇ ਐਲਾਨ ਕੇ ਸ਼ਾਇਦ ਇਹ ਪਹਿਲੀ ਵਾਰ ਹੋਊਗਾ ਕਿ ਕੋਈ ਐਲਾਨ ਕੇ ਚੱਲਦਾ ਪਿਆ ਕਿ ਜਿੱਤ ਹੋਊਗੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਹਿਮਤ ਔਰ ਬਖਸ਼ਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਤਰਸਿਆ ਆਪਣੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸੇਵਕਾਂ ਤੇ ਨਡਰ ਨਿਪਾਓ ਕੋਈ ਪਾਉ ਨਹੀਂ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਸਾਨੂੰ ਬਿਲਕੁਲ ਬੇਖੌਫ ਹੋ ਕੇ ਆਪਣੀ ਇਸ ਲੜਾਈ ਨੂੰ ਲੜਦੇ ਪਏ ਆ ਔਰ ਮੈਂ ਤੁਹਾਨੂੰ ਇਸ ਗੱਲ ਦੀ ਦਿੰਦਿਆਂ ਵੀ ਵਧਾਈ ਦਿੰਦਾ ਔਰ ਖੁਸ਼ੀ ਨਾਲ ਖੁਸ਼ੀ ਜ਼ਾਹਿਰ ਕਰਦਾ ਕਿ ਅੱਜ 18 ਵੀਰ ਤਿਹਾਰ ਜੇਲ ਤੋਂ ਵੀ ਰਹਾ ਹੋਣਗੇ ਤਿਹਾਰ ਜੇਲ ਤੋਂ ਵੀ ਰਹਾ ਹੋਣਗੇ ਰੋਕ ਲੋ ਤੁਸੀਂ ਬਹੁਤ ੱੱਕੇ ਕੀਤੇ ਨੇ ਨਜਾਇਜ਼ ਬੰਦਿਆਂ ਨੂੰ ਅੰਦਰ ਕੀਤਾ ਮੁਕੱਦਮੇ ਤੇ ਦਰਜ ਕੀਤੀ 307 ਡਕੈਤੀ ਕਿਹੜੀਆਂ ਕਿਹੜੀਆਂ ਧਾਰਾਵਾਂ ਲਾਈਆਂ ਤਾਂ ਕਿ ਇਹ ਬਾਹਰ ਨਾ ਆ ਸਕਣ 10-10 ਸਾਲ ਦੀਆਂ ਸਜ਼ਾਵਾਂ ਸੀ ਜਿਨ੍ਹਾਂ ਦੇ ਅੰਦਰ ਐਸੀਆਂ ਧਾਰਾਵਾਂ ਲਾਈਆਂ ਤਾਂ ਕਿ ਸਾਡੇ ਵੀਰ ਡਰ ਜਾਣ ਕਬਰਾਂ ਜਾਣ ਲੇਕਿਨ ਜਿਹੜਾ ਵੀ ਸਾਡਾ ਵੀਰ ਭਾਵੇਂ 80 ਸਾਲ ਦਾ ਵੱਡਾ ਬਜ਼ੁਰਗ ਹੋਵੇ ਸਾਡਾ ਜਾਂ 21 ਸਾਲ ਦਾ ਨੌਜਵਾਨ ਹੋਵੇ ਜਦੋਂ ਬਾਹਰ ਆਉਂਦਾ ਹਾਂ ਸਿੱਧਾ ਮੋਰਚੇ 'ਚ ਜਾਊਂਗਾ ਮੈਨੂੰ ਕੋਈ ਡਰ ਨਹੀਂ ਲੱਗਦਾ ਮੈਨੂੰ ਡਰਾ ਨਹੀਂ ਸਕਦੇ ਤੁਸੀਂ ਮੈਨੂੰ ਯਾਦ ਆ ਜਦੋਂ ਆਸ਼ਾ ਪੁੱਤਰ ਜਿਹੜੇ ਕਿ ਕਮੈਂਟੇਟਰ ਨੇ ਬਾਹਰ ਨਿਕਲੇ ਮੈਂ ਪਹਿਲੀ ਵਾਰ ਇਹਨਾਂ ਜਜ਼ਬਾ ਦੇਖਿਆ ਕਿ ਜੇਲ੍ਹ ਦੇ ਗੇਟ ਤੋਂ ਹੀ ਨਾਰੇ ਲਾਉਂਦੇ ਜੈ ਜਵਾਨ ਜੈ ਕਿਸਾਨ ਜੈ ਕਿਸਾਨ ਜੈ ਮਜ਼ਦੂਰ ਦੇ ਨਾਰੇ ਲਾਉਂਦੇ ਕਿਸਾਨ ਇਕਤਾ ਜਿੰਦਾਬਾਦ ਦੇ ਨਾਰੇ ਲਾਉਂਦੇ ਔਰ ਅਸੀਂ ਜਿੱਤਾਂਗੇ ਜ਼ਰੂਰ ਦੇ ਨਾਰੇ ਲਾਉਂਦੇ ਜੇਲ੍ਹ ਤੋਂ ਬਾਹਰ ਨਿਕਲੇ ਮੈਂ ਕਹੈਂ ਜਿੰਨਾ ਚਈਨਾ ਜਜ਼ਬਾ ਹੋਵੇ ਨਾ ਓਏ ਲੋਕੋ ਦੇਖ ਲੋ ਉਸ ਕੌਮ ਨੂੰ ਕੋਈ ਹਰਾ ਨਹੀਂ ਸਕਦਾ ਉਸ ਜਜ਼ਬੇ ਨੂੰ ਕੋਈ ਮਾਰ ਨਹੀਂ ਸਕਦਾ ਔਰ ਉਸ ਦਾ ਜਿੱਤ ਹੋਣੀ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ